ਬਸ ਪਤਾ ਨਹੀਂ ਕੀ ਕੁਚਰਦੇ ਰੰਗ ਨੇ, ਬਾਹਰੋਂ ਕਿਤੇ ਫਿਰਦਾ ਤੁਰਦਾ ਸੱਪ ਆਇਆ ਝੋਨੇ 'ਚੋਂ, ਉਹ ਕਿਤੇ ਲੜ ਗਿਆ ਜੀ। ਗੁੜੀਆ ਘਰੇ ਸੀ ਜੀ, ਉਹਨੂੰ ਪਤਾ ਲੱਗਾ ਹੈ, ਡਾਕਟਰ ਨੂੰ ਤੁਰੰਤ ਫੋਨ ਕੀਤਾ ਜੀ। ਡਾਕਟਰ ਸਾਹਿਬ ਆਏ ਨੇ, ਟੀਕੇ ਲਾ ਗਏ ਨੇ, ਕੁਛ ਦਵਾਈ ਉਹਨਾਂ ਲਿਖ ਦਿੱਤੀ, ਮੈਂ ਮੈਡੀਕਲ ਤੋਂ ਲੈਣ ਗਿਆ ਅਤੇ ਜ਼ਿਆਦਾ ਹੀ ਜ਼ਹਿਰ ਚੜ ਗਿਆ ਜੀ। ਅਤੇ ਮਗਰ ਬੇਟੀ ਨੇ ਫੋਨ ਕਰਤਾ, ਦਵਾਈ ਨਾ ਲਿਆਈ ਤੂੰ, ਉਹਦੀ ਮੌਤ ਹੋ ਚੁੱਕੀ ਹੈ ਜੀ। ਸੱਪ ਹੀ ਲੜਿਆ ਜੀ, ਯਕਦਮ ਬਸ 11:15 ਦਾ ਟਾਈਮ ਹੈ ਜੀ, ਯਕਦਮ ਹੀ ਹੱਥਾਂ ਦੇ ਵਿੱਚ, ਸਾਨੂੰ ਪਤਾ ਨਹੀਂ ਲੱਗਾ। ਪੁੱਤਰਾਂ ਤੋਂ ਵੱਧ ਪਾਲੀ ਜੀ। ਕਿੰਨੇ ਬੱਚੇ? ਕਿੰਨੇ? 5 ਬੇਟੀਆਂ ਜੀ। ਇਕੱਲੀਆਂ ਬੇਟੀਆਂ ਨੇ? 5 ਨੇ? 5 ਬੇਟੀਆਂ ਹੀ ਹੈ ਜੀ। ਤੇ ਆਪ ਤੁਸੀਂ ਵੀ ਕਿਵੇਂ ਆਪ ਹੀ ਕਹਿੰਦੇ ਬਿਮਾਰ? ਮੈਨੂੰ ਜੀ ਕਾਫੀ ਲੰਬੇ ਸਮੇਂ ਤੋਂ ਪੀਲੀਆ, ਮੇਰੇ ਕੋਲ ਰਿਪੋਰਟਾਂ ਪਈਆਂ ਨੇ ਪੀਲੀਆ ਜੀ। ਬਾਬਾ ਜੀ ਨੇ ਮਦਦ ਕੀਤੀ ਸੀਗੀ, ਸਾਡੇ ਚੁੱਲ੍ਹੇ 'ਚੋਂ ਅੱਗ ਵੀ ਬੁਝ ਗਈ ਸੀ, ਐਡੇ ਹਾਲਾਤ ਮਾੜੇ ਹੋ ਗਏ ਸੀ। ਦਵਾਈ ਪੂਰੀ ਕਰੀਏ, ਦਿਹਾੜੀਦਾਰ ਬੰਦਾ ਸੀ, ਮੈਂ ਵੀ ਇਕੱਲਾ ਕਮਾਉਣ ਵਾਲਾ ਸੀ, ਮੰਜੀ 'ਤੇ ਪੈ ਗਿਆ ਜੀ। ਅਤੇ ਦਵਾਈ ਹੁਣ ਥੋੜ੍ਹਾ ਜਿਹਾ ਵੀ ਪਿੱਤੇ ਦੀ ਜਿਹੜੀ ਪਾਇਪ ਸੀ ਲੀਵਰ ਦੀ ਬਲੌਕ ਹੋ ਗਈ ਜੀ, ਬੜੀ ਲੰਬੇ ਸਮੇਂ ਤੋਂ ਦਵਾਈ ਚੱਲ ਰਹੀ ਹੈ ਜੀ। ਅਤੇ ਜੇ ਦਵਾਈ ਲਿਆਈ ਦੀ ਤਾਂ ਖੰਡ ਚਾਹ ਮੁੱਕ ਜਾਂਦੀ ਜੀ, ਖੰਡ ਚਾਹ ਲਿਆਈ ਦੀ ਤਾਂ ਦਵਾਈ ਮੁੱਕ ਜਾਂਦੀ ਜੀ। ਉੱਧਰੋਂ ਬੇਟੀਆਂ ਦਾ ਪੜ੍ਹਾਈ ਦਾ ਵੀ ਬਹੁਤ ਔਖਾ ਹੋਇਆ, ਇਹਦਾ ਇਹ ਰੁਜ਼ਗਾਰ ਸੀ ਵੀ ਚੱਲ ਦੋਧੀ ਨੂੰ ਦੁੱਧ ਪਾਵਾਂਗੇ, ਸਾਡੀ ਕੋਈ ਘਰ ਦਾ ਲੂਣ ਮਿਰਚ ਖਰਚਾ ਚੱਲੀ ਜਾਊਗਾ। ਇਹ ਅਗਲੇ 10ਵੇਂ ਮਹੀਨੇ 'ਚ ਇਹਨੇ ਸੂ ਪੈਣਾ ਜੀ, ਕੋਈ 20-25 ਦਿਨਾਂ ਦੇ ਵਿੱਚ ਇਹਨੇ ਸੂ ਪੈਣਾ ਸੀ, ਲਾਹੇ ਪਈ ਖੜੀ ਸੀ। ਹੋਰ ਕੋਈ ਕਮਾਈ ਦਾ ਸਾਧਨ ਨਹੀਂ ਜੀ ਹੈਗਾ, ਬਸ ਇਹਦਾ ਹੀ ਆਸਰਾ ਸੀ ਜਿਹੜਾ ਵੀ ਰੱਬ ਨੇ ਅੱਜ ਖੋਹ ਲਿਆ ਸਾਡੇ ਕੋਲੋਂ। ਤੇ ਬੱਚਿਆਂ ਦੇ ਫਿਰ ਪੜ੍ਹਾਈ ਦਾ ਕਿਵੇਂ ਖਰਚਾ ਚੱਲਦਾ? ਬਸ ਬੱਚਿਆਂ ਦਾ ਐਵੇਂ ਹੀ ਹੈ ਜੀ, ਦਿਹਾੜੀ ਧੱਪਾ ਕਰੀਦਾ, ਮੈਂ ਵੀ ਮੰਜੀ 'ਤੇ ਹਾਂ, ਕੋਈ ਸੱਜਣ ਮਿੱਤਰ ਵੀਰ ਭਰਾ ਨੂੰ ਕਹਿ ਦੇਈਦਾ, ਕੋਈ ਕਾਪੀਆਂ ਲੈ ਦਿੰਦਾ, ਕੋਈ ਐਵੇਂ ਜੀ ਮੰਗ ਤੰਗ ਕੇ ਇਹਨਾਂ ਵਿਚਾਰੀਆਂ ਪੜ੍ਹਦੀਆਂ ਮਾਸਟਰਾਂ ਨੂੰ ਕਹਿ ਦੇਈਦਾ ਜੀ। ਅੱਜ ਕੱਲ੍ਹ ਤੁਹਾਨੂੰ ਪਤਾ 350 ਦਾ ਤਾਂ ਰੀਚਾਰਜ ਹੀ ਹੋ ਗਿਆ, ਮੋਬਾਈਲ 'ਤੇ ਕੰਮ ਆਉਂਦਾ ਜੀ, ਅਤੇ ਮੰਗ ਤੰਗ ਕੇ ਕਿਤੇ ਮੋਬਾਈਲ ਲੈ ਤਾ ਕਿਸੇ ਨੇ ਜੀ, ਅਤੇ ਜਦੋਂ ਨਹੀਂ ਹੁੰਦਾ ਮਾਸਟਰਾਂ ਨੂੰ ਕਹਿ ਦੇਈਦਾ ਜੀ, ਕਦੀ ਕਿਸ ਕੋਈ ਸਰ ਪਵਾ ਦਿੰਦਾ ਨੈੱਟ, ਕਦੀ ਕੋਈ ਸਰ ਪਵਾ ਦਿੰਦਾ ਜੀ, ਇਵੇਂ ਜਿਵੇਂ ਵਾਹਿਗੁਰੂ ਨੂੰ ਚੰਗਾ ਲੱਗੇ ਜੀ, ਬਸ ਗੁਜ਼ਾਰਾ ਹੋਈ ਜਾਂਦਾ ਮਾੜਾ ਮੋਟਾ। ਅੱਜ ਇਹਦਾ ਇੱਕ ਆਸਰਾ ਹੈਗਾ ਸੀ, ਅੱਜ ਉਹ ਵੀ ਉੱਠ ਗਿਆ ਜੀ। ਮੰਗ ਇਹ ਹੋਈ ਜੀ, ਹੱਥ ਜੋੜ ਕੇ ਇਹ ਬੇਨਤੀ ਹੈ ਵੀ ਚਲੋ ਕੋਈ ਮੇਰੀ ਗਰੀਬ ਦੀ ਹੈਲਪ ਕੀਤੀ ਜਾਵੇ, ਕੋਈ ਦੁਬਾਰੇ ਮੈਂ ਸੂਣ ਵਾਲੀ ਮੱਝ ਹੀ ਲੈ ਲੂੰਗਾ, ਮੈਂ ਤਾਂ ਕਰਜ਼ਾਈ ਵੀ ਹੋ ਗਿਆ ਸੀ, ਦਾਣਾ ਵੀ ਜਿਹੜਾ ਪਾਉਂਦਾ ਰਿਹਾ ਲੈ ਲੈ ਕੇ ਦੋਧੀ ਕੋਲੋਂ ਆਸਰੇ ਨਾਲ ਵੀ ਚੱਲ ਸੂਗੀ ਤਾਂ ਤੈਨੂੰ ਦੁੱਧ ਪਾਈ ਜਾਵਾਂਗੇ, ਸਾਡਾ ਲੈ ਜਾਊਗਾ। ਮੰਗ ਇਹੋ ਹੀ ਕਰਦੇ ਜੀ ਸਾਡੀ, ਜਿੰਨੀ ਵੀ ਕੋਈ ਹੈਲਪ ਕੀਤੀ ਜਾਵੇ, ਬੜੇ ਭੈਣ ਭਰਾ ਵੀਰ ਭਰਾ ਐਨਆਰ ਬਹੁਤ ਬੈਠੇ ਆ ਜੀ, ਅਤੇ ਗਰੀਬ ਦੀ ਬਹੁਤ ਹੈਲਪ ਕਰਨ ਵਾਲੇ, ਵੱਧ ਤੋਂ ਵੱਧ ਕੋਈ ਮੈਨੂੰ ਦੇ ਸਕਣ, ਅਤੇ ਮੈਂ ਬੇਟੀਆਂ ਦੀ ਮੇਰੀ ਪੜ੍ਹਾਈ ਵੀ ਬਹੁਤ ਔਖੀ ਹੋਈ ਪਈ, ਅਤੇ ਹੁਣ ਇਹਦਾ ਆਸਰਾ ਸੀ ਉਹ ਵੀ ਉੱਠ ਗਿਆ ਜੀ। ਮੈਂ ਵੀ ਬਿਮਾਰ ਹਾਂ। ਨਾਮ ਕੀ ਤੁਹਾਡਾ? ਪ੍ਰੇਮ ਸਿੰਘ ਜੀ। ਪਿੰਡ ਕਿਹੜਾ? ਬਸਤੀ ਲੱਧੂ ਵਾਲੀ ਜੀ। ਬਸ ਪਤਾ ਨਹੀਂ ਕੀ ਕੁਚਰਦੇ ਰੰਗ ਨੇ, ਬਾਹਰੋਂ ਕਿਤੇ ਫਿਰਦਾ ਤੁਰਦਾ ਸੱਪ ਆਇਆ ਝੋਨੇ 'ਚੋਂ, ਉਹ ਕਿਤੇ ਲੜ ਗਿਆ ਜੀ। ਗੁੜੀਆ ਘਰੇ ਸੀ ਜੀ, ਉਹਨੂੰ ਪਤਾ ਲੱਗਾ ਹੈ, ਡਾਕਟਰ ਨੂੰ ਤੁਰੰਤ ਫੋਨ ਕੀਤਾ ਜੀ। ਡਾਕਟਰ ਸਾਹਿਬ ਆਏ ਨੇ, ਟੀਕੇ ਲਾ ਗਏ ਨੇ, ਕੁਛ ਦਵਾਈ ਉਹਨਾਂ ਲਿਖ ਦਿੱਤੀ, ਮੈਂ ਮੈਡੀਕਲ ਤੋਂ ਲੈਣ ਗਿਆ ਅਤੇ ਜ਼ਿਆਦਾ ਹੀ ਜ਼ਹਿਰ ਚੜ ਗਿਆ ਜੀ। ਅਤੇ ਮਗਰ ਬੇਟੀ ਨੇ ਫੋਨ ਕਰਤਾ, ਦਵਾਈ ਨਾ ਲਿਆਈ ਤੂੰ, ਉਹਦੀ ਮੌਤ ਹੋ ਚੁੱਕੀ ਹੈ ਜੀ। ਸੱਪ ਹੀ ਲੜਿਆ ਜੀ, ਯਕਦਮ ਬਸ 11:15 ਦਾ ਟਾਈਮ ਹੈ ਜੀ, ਯਕਦਮ ਹੀ ਹੱਥਾਂ ਦੇ ਵਿੱਚ, ਸਾਨੂੰ ਪਤਾ ਨਹੀਂ ਲੱਗਾ। ਪੁੱਤਰਾਂ ਤੋਂ ਵੱਧ ਪਾਲੀ ਜੀ। ਕਿੰਨੇ ਬੱਚੇ? ਕਿੰਨੇ? 5 ਬੇਟੀਆਂ ਜੀ। ਇਕੱਲੀਆਂ ਬੇਟੀਆਂ ਨੇ? 5 ਨੇ? 5 ਬੇਟੀਆਂ ਹੀ ਹੈ ਜੀ। ਤੇ ਆਪ ਤੁਸੀਂ ਵੀ ਕਿਵੇਂ ਆਪ ਹੀ ਕਹਿੰਦੇ ਬਿਮਾਰ? ਮੈਨੂੰ ਜੀ ਕਾਫੀ ਲੰਬੇ ਸਮੇਂ ਤੋਂ ਪੀਲੀਆ, ਮੇਰੇ ਕੋਲ ਰਿਪੋਰਟਾਂ ਪਈਆਂ ਨੇ ਪੀਲੀਆ ਜੀ। ਬਾਬਾ ਜੀ ਨੇ ਮਦਦ ਕੀਤੀ ਸੀਗੀ, ਸਾਡੇ ਚੁੱਲ੍ਹੇ 'ਚੋਂ ਅੱਗ ਵੀ ਬੁਝ ਗਈ ਸੀ, ਐਡੇ ਹਾਲਾਤ ਮਾੜੇ ਹੋ ਗਏ ਸੀ। ਦਵਾਈ ਪੂਰੀ ਕਰੀਏ, ਦਿਹਾੜੀਦਾਰ ਬੰਦਾ ਸੀ, ਮੈਂ ਵੀ ਇਕੱਲਾ ਕਮਾਉਣ ਵਾਲਾ ਸੀ, ਮੰਜੀ 'ਤੇ ਪੈ ਗਿਆ ਜੀ। ਅਤੇ ਦਵਾਈ ਹੁਣ ਥੋੜ੍ਹਾ ਜਿਹਾ ਵੀ ਪਿੱਤੇ ਦੀ ਜਿਹੜੀ ਪਾਇਪ ਸੀ ਲੀਵਰ ਦੀ ਬਲੌਕ ਹੋ ਗਈ ਜੀ, ਬੜੀ ਲੰਬੇ ਸਮੇਂ ਤੋਂ ਦਵਾਈ ਚੱਲ ਰਹੀ ਹੈ ਜੀ।
ਤੇ ਜੇ ਦਵਾਈ ਲਿਆਈ ਦੀ ਤੇ ਖੰਡ ਚਾਹ ਮੁੱਕ ਜਾਂਦੀ ਜੀ, ਖੰਡ ਚਾਹ ਲਿਆਈ ਦੀ ਤੇ ਦਵਾਈ ਮੁੱਕ ਜਾਂਦੀ ਜੀ। ਉਧਰੋਂ ਬੇਟੀਆਂ ਦਾ ਪੜ੍ਹਾਈ ਦਾ ਵੀ ਬਹੁਤ ਔਖਾ ਹੋਇਆ ਸਰ। ਇਹਦਾ ਇਹ ਰੁਜ਼ਗਾਰ ਸੀ ਵੀ ਚੱਲ ਦੋਧੀ ਨੂੰ ਦੁੱਧ ਪਾਵਾਂਗੇ, ਸਾਡੀ ਕੋਈ ਘਰ ਦਾ ਲੂਣ ਮਿਰਚ ਖਰਚਾ ਚੱਲੀ ਜਾਊਗਾ। ਕਦੋਂ ਤੱਕ ਸੁਣੀ? ਇਹ ਅਗਲੇ 10ਵੇਂ ਮਹੀਨੇ 'ਚ ਇਹਨੇ ਸੂ ਪੈਣਾ ਜੀ, ਕੋਈ 20-25 ਦਿਨਾਂ ਦੇ ਵਿੱਚ ਇਹਨੇ ਸੂ ਪੈਣਾ ਸੀ। ਲਾਹੇ ਪਈ ਖੜੀ ਸੀ, ਕੋਈ ਹੋਰ ਕਮਾਈ ਦਾ ਸਾਧਨ? ਹੋਰ ਕੋਈ ਕਮਾਈ ਦਾ ਸਾਧਨ ਨਹੀਂ ਜੀ ਹੈਗਾ, ਬਸ ਇਹ ਤਾਂ ਹੀ ਆਸਰਾ ਸੀ ਜਿਹੜਾ ਵੀ ਰੱਬ ਨੇ ਅੱਜ ਖੋਲਿਆ ਸਾਡੇ ਕੋਲੋਂ। ਤੇ ਬੱਚਿਆਂ ਦੇ ਫਿਰ ਪੜ੍ਹਾਈ ਦਾ ਕਿਵੇਂ ਖਰਚਾ ਚੱਲਦਾ? ਬਸ ਬੱਚਿਆਂ ਦਾ ਐਵੇਂ ਹੀ ਹੈ ਜੀ, ਦਿਹਾੜੀ ਧੱਪਾ ਕਰੀਦਾ। ਮੈਂ ਵੀ ਮੰਜੀ 'ਤੇ ਹਾਂ, ਕੋਈ ਸੱਜਣ ਮਿੱਤਰ ਵੀਰ ਭਰਾ ਨੂੰ ਕਹਿ ਦੇਈਦਾ, ਕੋਈ ਕਾਪੀਆਂ ਲੈ ਦਿੰਦਾ, ਕੋਈ ਐਵੇਂ ਜੀ ਮੰਗ ਤੰਗ ਕੇ ਇਹਨਾਂ ਵਿਚਾਰੀਆਂ ਪੜ੍ਹਦੀਆਂ ਮਾਸਟਰਾਂ ਨੂੰ ਕਹਿ ਦੇਈਦਾ ਜੀ। ਅੱਜ ਕੱਲ੍ਹ ਤੁਹਾਨੂੰ ਪਤਾ 350 ਦਾ ਤੇ ਰੀਚਾਰਜ ਹੀ ਹੋ ਗਿਆ, ਮੋਬਾਈਲ 'ਤੇ ਕੰਮ ਆਉਂਦਾ ਜੀ, ਅਤੇ ਮੰਗ ਤੰਗ ਕੇ ਕਿਤੇ ਮੋਬਾਈਲ ਲੈ ਤਾ ਕਿਸੇ ਨੇ ਜੀ, ਅਤੇ ਜਦੋਂ ਨਹੀਂ ਹੁੰਦਾ ਮਾਸਟਰਾਂ ਨੂੰ ਕਹਿ ਦੇਈਦਾ ਜੀ। ਕਦੀ ਕਿਸ ਕੋਈ ਸਰ ਪਵਾ ਦਿੰਦਾ ਨੈੱਟ, ਕਦੀ ਕੋਈ ਸਰ ਪਵਾ ਦਿੰਦਾ ਜੀ, ਇਵੇਂ ਜਿਵੇਂ ਵਾਹਿਗੁਰੂ ਨੂੰ ਚੰਗਾ ਲੱਗੇ ਜੀ, ਬਸ ਗੁਜ਼ਾਰਾ ਹੋਈ ਜਾਂਦਾ ਮਾੜਾ ਮੋਟਾ। ਅੱਜ ਇਹਦਾ ਇੱਕ ਆਸਰਾ ਹੈਗਾ ਸੀ, ਅੱਜ ਉਹ ਵੀ ਉੱਠ ਗਿਆ ਜੀ। ਮੰਗ ਇਹੋ ਹੀ ਜੀ, ਹੱਥ ਜੋੜ ਕੇ ਬੇਨਤੀ ਹੈ ਵੀ ਚਲੋ ਕੋਈ ਮੇਰੀ ਗਰੀਬ ਦੀ ਹੈਲਪ ਕੀਤੀ ਜਾਵੇ, ਕੋਈ ਦੁਬਾਰੇ ਮੈਂ ਸੂਣ ਵਾਲੀ ਮੱਝ ਹੀ ਲੈ ਲੂੰਗਾ। ਮੈਂ ਤਾਂ ਕਰਜ਼ਾਈ ਵੀ ਹੋ ਗਿਆ ਸੀ, ਦਾਣਾ ਵੀ ਜਿਹੜਾ ਪਾਉਂਦਾ ਰਿਹਾ ਲੈ ਲੈ ਕੇ ਦੋਧੀ ਕੋਲੋਂ ਆਸਰੇ ਨਾਲ ਵੀ ਚੱਲ ਸੂਗੀ ਤਾਂ ਤੈਨੂੰ ਦੁੱਧ ਪਾਈ ਜਾਵਾਂਗੇ, ਤੁਹਾਡਾ ਲੈ ਜਾਊਗਾ। ਮੰਗ ਇਹੋ ਹੀ ਕਰਦੇ ਜੀ ਸਾਡੀ, ਜਿੰਨੀ ਵੀ ਕੋਈ ਹੈਲਪ ਕੀਤੀ ਜਾਵੇ। ਬੜੇ ਭੈਣ ਭਰਾ ਵੀਰ ਭਰਾ NR ਬਹੁਤ ਬੈਠੇ ਆ ਜੀ, ਅਤੇ ਗਰੀਬ ਦੀ ਬਹੁਤ ਹੈਲਪ ਕਰਨ ਵਾਲੇ, ਵੱਧ ਤੋਂ ਵੱਧ ਕੋਈ ਮੈਨੂੰ ਦੇ ਸਕਣ ਤਾਂ ਮੈਂ। ਬੇਟੀਆਂ ਦੀ ਮੇਰੀ ਪੜ੍ਹਾਈ ਵੀ ਬਹੁਤ ਔਖੀ ਹੋਈ ਪਈ, ਅਤੇ ਹੁਣ ਇਹਦਾ ਆਸਰਾ ਸੀ ਉਹ ਵੀ ਉੱਠ ਗਿਆ ਜੀ। ਮੈਂ ਵੀ ਬਿਮਾਰ ਹਾਂ। ਨਾਮ ਕੀ ਤੁਹਾਡਾ? ਪ੍ਰੇਮ ਸਿੰਘ ਜੀ। ਪਿੰਡ ਕਿਹੜਾ? ਬਸਤੀ ਲੱਧੂ ਵਾਲੀ ਜੀ।